ਸਮਾਣਾ ਦੀ ਪ੍ਰਤਾਪ ਕਲੋਨੀ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ ਇਸ ਘਰ ਦੇ ਵਿੱਚ, ਇਸ ਘਰ ਦੇ ਵਿੱਚ ਬੀਤੀ ਰਾਤ ਇਹ ਪਰਿਵਾਰ ਪਾਤੜਾ ਦੇ ਵਿੱਚ ਇੱਕ ਵਿਆਹ ਦੇ ਲੇਡੀ ਸੰਗੀਤ ਸੀ ਉਹਦੇ ਵਿੱਚ ਗਏ ਸੀ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਉਹਨਾਂ ਨੇ ਅਲਵਾਰੀਆਂ ਨੂੰ ਤੋੜੇ, ਅਲਵਾਰੀਆਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਹੁਣ ਖੋਲ ਕੇ ਕੱਲੀ ਕੱਲੀ ਚੀਜ਼ ਫਰੋਲੀ ਗਈ ਹੈ, ਉਸ ਦੇ ਕਰਕੇ ਜਿਹੜਾ ਇਹਦੇ ਵਿੱਚ ਨਗਦ ਸੀ ਸਮਾਨ, ਅਲਵਾਰੀ ਤੋੜੀ ਗਈ, ਅਲਵਾਰੀ ਦੇ ਨਾਲ ਕੱਲਾ ਕੱਲਾ ਸਮਾਨ ਉਹਨਾਂ ਨੇ ਉਸਦੀ ਕੋਸ਼ਿਸ਼ ਕੀਤੀ ਹੈ ਛਾਣਬੀਣ ਕਰਨ ਦੀ। ਤੁਸੀਂ ਦੇਖ ਰਹੇ ਹੋ ਲਗਾਤਾਰ ਇਹ ਅਲਵਾਰੀ ਨੂੰ ਤੋੜ ਕੇ ਇਹਦੇ ਵਿੱਚ ਜੋ ਵੀ ਕੋਈ ਸੋਨਾ ਗੋਲਡ ਸੀ ਉਹਨਾਂ ਦਾ ਕੋਈ 15 ਤੋਲੇ ਇਸ ਘਰ ਦੇ ਮਕਾਨ ਮਾਲਕ ਕੋਲ ਦੱਸਿਆ ਗਿਆ ਹੈ, ਅਤੇ ਕੁਛ 2 ਲੱਖ ਦੇ ਕਰੀਬ ਨਗਦ ਰਾਸ਼ੀ ਸੀ ਜਿਹੜੀ ਕਿ ਇਹਦੇ ਵਿੱਚ ਜਿਹੜੇ ਕਥਿਤ ਚੋਰ ਹੈ ਲੈ ਕੇ ਫਰਾਰ ਹੋ ਗਏ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਵੀ ਕਿੰਨੇ ਵਜੇ ਤੁਸੀਂ ਇੱਥੋਂ ਗਏ ਸੀ, ਤੁਸੀਂ ਕਿੰਨੇ ਵਜੇ ਇੱਥੇ ਆਏ। ਹਾਂਜੀ ਭਾਈ ਸਾਹਿਬ, ਕੀ ਨਾਮ ਆਪ ਜੀ ਦਾ? ਮੇਰਾ ਸੰਜੀਵ ਕੁਮਾਰ ਜੀ। ਕਿੰਨੇ ਵਜੇ ਤੁਸੀਂ ਗਏ ਇੱਥੇ? ਅਸੀਂ 7 ਵਜੇ ਜੀ। ਗਏ ਕਿੱਥੇ ਸੀ? ਪਤਣਾ ਜੀ। ਘਰ ਕੋਈ ਨਹੀਂ ਸੀ? ਨਹੀਂ, ਘਰ ਕੋਈ ਨਹੀਂ ਸੀ ਜੀ। ਤੇ ਅਲਵਾਰੀ ਤੋੜੀ ਹੈ, ਕਿੱਥੋਂ ਐਂਟਰ ਹੋਏ ਹੋ? ਉਹ ਮੇਨ ਗੇਟ ਤੋਂ। ਮੈਂ ਮਨ ਟੱਪ ਕੇ ਆਏ ਹਾਂ? ਨਹੀਂ, ਜਿੰਦਾ ਤੋੜ ਗਏ ਬਾਹਰ ਵੀ ਗੇੜੇ ਜਿੰਦਾ ਤੋੜ। ਹਾਂਜੀ। ਇੱਥੇ ਵੀ? ਇੱਥੇ ਵੀ, ਤੇ ਉਹ ਕਮਰੇ ਦਾ ਜੀ। ਤੇ ਕਿੰਨਾ ਕੁ ਮਤਲਬ ਨੁਕਸਾਨ ਤੁਹਾਡਾ? ਨੁਕਸਾਨ ਵੀ ਸਾਡਾ 15 ਕੁ ਤੋਲੇ ਗੋਲਡ ਗਿਆ, 2 ਲੱਖ ਰੁਪਏ ਕੈਸ਼ ਗਿਆ, 1/2 ਕਿਲੋ ਚਾਂਦੀ। ਤੇ ਪੁਲਿਸ ਨੂੰ ਇਨਫੋਰਮੇਸ਼ਨ ਦੇ? ਹਾਂਜੀ, ਰਾਤ ਹੀ ਦਿੱਤੀ ਸੀ। ਤੇ ਕਿੰਨੇ ਵਜੇ ਆਏ ਪੁਲਿਸ? ਉਹ 2 ਵਜੇ ਆ ਗਏ ਸੀ ਨਾਲ ਦੀ ਨਾਲ। ਕਿਆ ਕਹਿਆ ਉਹਨਾਂ ਨੇ? ਉਹ ਬਸ ਜੀ ਕਹਿੰਦੇ ਚੱਲ ਰਹੀ ਹੈ ਇਨਕੁਆਇਰੀ। ਆਸ ਪਾਸ ਕੋਈ ਸੀਸੀਟੀਵੀ ਕੈਮਰੇ ਲੱਗੇ ਹੈ? ਲੱਗੇ ਹੋਏ ਜੀ। ਉਸ 'ਚ ਕੁਛ ਆਇਆ? ਉਸ 'ਚ 3 ਬੰਦੇ ਨਜ਼ਰ ਆਏ ਜੀ, ਮੂਲ ਬੇਟੇ ਦੇ। ਅੱਛਾ। ਤੇ ਇਧਰੋਂ ਜਾਂਦੇ ਘਰੋਂ ਨਿਕਲਦੇ ਦਿਖਦੇ ਹੈ ਗਲੀ 'ਚ? ਗਲੀ 'ਚ। ਸਮਾਣਾ ਦੀ ਪ੍ਰਤਾਪ ਕਲੋਨੀ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ ਇਸ ਘਰ ਦੇ ਵਿੱਚ, ਇਸ ਘਰ ਦੇ ਵਿੱਚ ਬੀਤੀ ਰਾਤ ਇਹ ਪਰਿਵਾਰ ਪਾਤੜਾ ਦੇ ਵਿੱਚ ਇੱਕ ਵਿਆਹ ਦੇ ਲੇਡੀ ਸੰਗੀਤ ਸੀ ਉਹਦੇ ਵਿੱਚ ਗਏ ਸੀ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਉਹਨਾਂ ਨੇ ਅਲਵਾਰੀਆਂ ਨੂੰ ਤੋੜੇ, ਅਲਵਾਰੀਆਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਹੁਣ ਖੋਲ ਕੇ ਕੱਲੀ ਕੱਲੀ ਚੀਜ਼ ਫਰੋਲੀ ਗਈ ਹੈ, ਉਸ ਦੇ ਕਰਕੇ ਜਿਹੜਾ ਇਹਦੇ ਵਿੱਚ ਨਗਦ ਸੀ ਸਮਾਨ, ਅਲਵਾਰੀ ਤੋੜੀ ਗਈ, ਅਲਵਾਰੀ ਦੇ ਨਾਲ ਕੱਲਾ ਕੱਲਾ ਸਮਾਨ ਉਹਨਾਂ ਨੇ ਉਸਦੀ ਕੋਸ਼ਿਸ਼ ਕੀਤੀ ਹੈ ਛਾਣਬੀਣ ਕਰਨ ਦੀ। ਤੁਸੀਂ ਦੇਖ ਰਹੇ ਹੋ ਲਗਾਤਾਰ ਇਹ ਅਲਵਾਰੀ ਨੂੰ ਤੋੜ ਕੇ ਇਹਦੇ ਵਿੱਚ ਜੋ ਵੀ ਕੋਈ ਸੋਨਾ ਗੋਲਡ ਸੀ ਉਹਨਾਂ ਦਾ ਕੋਈ 15 ਤੋਲੇ ਇਸ ਘਰ ਦੇ ਮਕਾਨ ਮਾਲਕ ਕੋਲ ਦੱਸਿਆ ਗਿਆ ਹੈ, ਅਤੇ ਕੁਛ 2 ਲੱਖ ਦੇ ਕਰੀਬ ਨਗਦ ਰਾਸ਼ੀ ਸੀ ਜਿਹੜੀ ਕਿ ਇਹਦੇ ਵਿੱਚ ਜਿਹੜੇ ਕਥਿਤ ਚੋਰ ਹੈ ਲੈ ਕੇ ਫਰਾਰ ਹੋ ਗਏ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਵੀ ਕਿੰਨੇ ਵਜੇ ਤੁਸੀਂ ਇੱਥੋਂ ਗਏ ਸੀ, ਤੁਸੀਂ ਕਿੰਨੇ ਵਜੇ ਇੱਥੇ ਆਏ। ਹਾਂਜੀ ਭਾਈ ਸਾਹਿਬ, ਕੀ ਨਾਮ ਆਪ ਜੀ ਦਾ? ਮੇਰਾ ਸੰਜੀਵ ਕੁਮਾਰ ਜੀ। ਕਿੰਨੇ ਵਜੇ ਤੁਸੀਂ ਗਏ ਇੱਥੇ? ਅਸੀਂ 7 ਵਜੇ ਜੀ। ਗਏ ਕਿੱਥੇ ਸੀ? ਪਤਣਾ ਜੀ। ਘਰ ਕੋਈ ਨਹੀਂ ਸੀ? ਨਹੀਂ, ਘਰ ਕੋਈ ਨਹੀਂ ਸੀ ਜੀ। ਤੇ ਅਲਵਾਰੀ ਤੋੜੀ ਹੈ, ਕਿੱਥੋਂ ਐਂਟਰ ਹੋਏ ਹੋ? ਉਹ ਮੇਨ ਗੇਟ ਤੋਂ। ਮੈਂ ਮਨ ਟੱਪ ਕੇ ਆਏ ਹਾਂ? ਨਹੀਂ, ਜਿੰਦਾ ਤੋੜ ਗਏ ਬਾਹਰ ਵੀ ਗੇੜੇ ਜਿੰਦਾ ਤੋੜ। ਹਾਂਜੀ। ਇੱਥੇ ਵੀ? ਇੱਥੇ ਵੀ, ਤੇ ਉਹ ਕਮਰੇ ਦਾ ਜੀ। ਤੇ ਕਿੰਨਾ ਕੁ ਮਤਲਬ ਨੁਕਸਾਨ ਤੁਹਾਡਾ? ਨੁਕਸਾਨ ਵੀ ਸਾਡਾ 15 ਕੁ ਤੋਲੇ ਗੋਲਡ ਗਿਆ, 2 ਲੱਖ ਰੁਪਏ ਕੈਸ਼ ਗਿਆ, 1/2 ਕਿਲੋ ਚਾਂਦੀ। ਚਾਂਦੀ। ਤੇ ਪੁਲਿਸ ਨੂੰ ਇਨਫੋਰਮੇਸ਼ਨ ਦੇ? ਹਾਂਜੀ, ਰਾਤ ਹੀ ਦਿੱਤੀ ਸੀ। ਤੇ ਕਿੰਨੇ ਵਜੇ ਆਏ ਪੁਲਿਸ? ਉਹ 2 ਵਜੇ ਆ ਗਏ ਸੀ ਨਾਲ ਦੀ ਨਾਲ। ਕਿਆ ਕਹਿਆ ਉਹਨਾਂ ਨੇ? ਉਹ ਬਸ ਜੀ ਕਹਿੰਦੇ ਚੱਲ ਰਹੀ ਹੈ ਇਨਕੁਆਇਰੀ। ਆਸ ਪਾਸ ਕੋਈ ਸੀਸੀਟੀਵੀ ਕੈਮਰੇ ਲੱਗੇ ਹੈ? ਲੱਗੇ ਹੋਏ ਜੀ। ਉਸ 'ਚ ਕੁਛ ਆਇਆ? ਉਸ 'ਚ 3 ਬੰਦੇ ਨਜ਼ਰ ਆਏ ਜੀ, ਮੂਲ ਬੇਟੇ ਦੇ। ਅੱਛਾ। ਤੇ ਇਧਰੋਂ ਜਾਂਦੇ ਘਰੋਂ ਨਿਕਲਦੇ ਦਿਖਦੇ ਹੈ ਗਲੀ 'ਚ? ਗਲੀ 'ਚ ਜੀ।